ਬਲਦੇਵ ਸਿੰਘ ਦੇ ਨੋਵਲ ਬਲਦੇ ਦਰਿਆ ਦੇ 6ਵੇਂ ਅੰਗ ਦਾ ਬਾਕੀ ਦਾ ਭਾਗ ਕਪੜੇ ਪਾ ਕੇ ਕ੍ਰਾਂਤੀਪਾਲ ਨੇ ਜਦੋਂ ਬੈਠਕ ਜਾ ਕੇ ਦੋਹਾਂ ਨੂੰ ਸੱਸੀਕਲ ਬੁਲਾਈ ਉਦੋਂ ਮਾਸਟਰ ਵੀਰ ਸਿੰਘ ਰੁਲਿਆ ਸਿੰਘ ਨੂੰ ਪੰਜਾਬ ਦੀ ਮੌਜੂਦਾ ਸਥਿਤੀ ਉੱਪਰ ਤਫ਼ਸਰہ ਕਰਕੇ ਜਾਣਕਾਰੀ ਦੇ ਰਿਹਾ ਸੀ ਕ੍ਰਾਂਤੀਪਾਲ ਵਿੰਗਮਈ ਜਿਹਾ ਮੁਸਕਰਾਉਣ ਲੱਗਾ ਇਸ ਤਰ੍ਹਾਂ ਕਿ ਉਹ ਹੱਸ ਰਿਹਾ ਹੈ ਵੀਰ ਸਿੰਘ ਸਮਝਦਾ ਵੀ ਸੀ ਫਿਰ ਵੀ ਪੁੱਛਿਆ ਤੁਸੀਂ ਵੀ ਮੌਕਾ ਨਹੀਂ ਕੋਈ ਖੁੰਝਣ ਦਿੰਦੇ ਮਾਸਟਰ ਜੀ ਬੰਦਾ ਕਾਬੂ ਆਇਆ ਨਹੀਂ ਤੇ ਤੁਸੀਂ ਸ਼ੁਰੂ ਹੋਏ ਨਹੀਂ ਕ੍ਰਾਂਤੀਪਾਲ ਫੇਰ ਹੱਸ ਪਿਆ ਕੀ ਮਾੜਾ ਕਰਦਾ ਮੈਂ ਅੱਖਾਂ ਬੰਦ ਕਰਕੇ ਤੁਰਨ ਦਾ ਵੇਲਾ ਨਹੀਂ ਹੈ ਕ੍ਰਾਂਤੀਪਾਲ ਅੱਖਾਂ ਖੋਲ ਕੇ ਵਿਚਰਨ ਦਾ ਸਮਾਂ 25 30 ਸਾਲ ਜਾਂ 40 ਸਾਲ ਸਕੂਲ ਚ ਬਿੜਾ ਲਿਆ ਤਨਖਾਹ ਲੈ ਲਈ ਹਰ ਮਹੀਨੇ ਸੇਵਾ ਮੁਕਤੀ ਵੇਲੇ ਜਮਾ ਹੋਏ ਫੰਡਾਂ ਦੇ ਗੱਫੇ ਵੀ ਮਿਲ ਗਏ ਉੱਪਰੋਂ ਪੈਨਸ਼ਨ ਵੀ ਵਾਧੂ ਫੇਰ ਮੌਜਾ ਹੀ ਮੌਜਾ ਜੇ ਦੋਵੇਂ ਜੀ ਸਰਕਾਰੀ ਨੌਕਰੀ ਤਾਂ ਹੋਰ ਵੀ ਮੌਜਾ ਜ਼ਿੰਦਗੀ ਇਹੋ ਨਹੀਂ ਹੈ ਸਭ ਕੁਝ ਇਹ ਤਾਂ ਸਾਮਰਾਜੀ ادارے ਸਾਨੂੰ ਬੋਲਣ ਤੋਂ ਰੋਕਣ ਲਈ ਮੂੰਹ 'ਚ ਹੱਡੀ ਧੁੰਨਦੇ ਆ। ਜਿਨ੍ਹਾਂ 'ਚ ਰਸੀ ਇਨਕਲਾਬੀ ਸੋਚ ਨਾਲ ਲੈਸ ਨਹੀਂ ਹੁੰਦੇ, ਉਹਨਾਂ 'ਚ ਉਹਨਾਂ ਦੇ ਗੁਪਤ ਅਜੰਡਿਆਂ ਦੀਆਂ, ਮਨੁੱਖ ਮਾਰੂ ਨੀਤੀਆਂ ਨੂੰ ਸਮਝ ਨਹੀਂ ਸਕਾਂਗੇ। ਇਹ ਗੱਲਾਂ ਸਾਰੀਆਂ ਤੂੰ ਹੀ ਸਿਖਾਈਆਂ ਮੈਨੂੰ ਕ੍ਰਾਂਤੀਪਾਲ। ਹੁਣ ਕਈ ਜਾਂਦੇ ਮੁੰਡੇ ਆਇਲਸ ਕਰਕੇ ਬਾਹਰ ਭੱਜੀ ਜਾਂਦੇ ਆ। ਅਸ ਤਾਂ ਖੁਦ ਭੁਜਾਈ ਜਾਂਦੇ ਆ। ਕਿਉਂ ਭੁਜਾਈ ਜਾਂਦੇ ਆ? ਇਹਦੇ ਬਾਰੇ ਕੋਈ ਵੀ ਸੋਚਦਾ। ਬਸ ਇੱਕ ਭੇਡ ਖਾਲ ਟੱਪ ਗਈ, ਨਾਲ ਹੀ ਪੂਰਾ ਜੜ ਟੱਪਣਾ ਸ਼ੁਰੂ ਹੋ ਗਿਆ। ਹੋ ਗਿਆ ਕਿ ਨਹੀਂ ਵੀਰ ਸਿੰਘ ਜੀ ਰੁਲੀਆ ਸਿੰਘ ਦਾ ਮੈਨੂੰ ਪਤਾ ਹੈ ਮੈਨੂੰ ਵੀ ਪਤਾ ਹੈ ਕਿਹੜੇ ਕੰਮ ਆਇਆ ਤਾਂ ਹੀ ਇਕੱਠੇ ਆਏ ਆ ਵੀਰ ਸਿੰਘ ਨੇ ਟੋਕਦਿਆਂ ਕਿਹਾ ਮੈਂ ਆਪਣੀ ਗੱਲ ਖਤਮ ਕਰ ਲਵਾਂ ਐਵੇਂ ਵਿਆਹ ਚ ਬੀ ਦਾ ਲੇਖਾ ਪਾ ਕੇ ਬਹਿ ਗਿਆ ਕ੍ਰਾਂਤੀਪਾਲ ਹੱਸਿਆ ਚੱਲ ਐਵੇਂ ਹੀ ਸਹੀ ਮੈਂ ਬਸ 2 ਮਿੰਟ ਹੋਰ ਲੈਣੇ ਆ ਜਿਹੜੀ ਹੁਣ ਹਾਲਤ ਹੈ ਦੇਸ਼ ਦੀ ਆਮ ਲੋਕਾਂ ਨੂੰ ਤਾਂ ਛੱਡ ਅ ਰੁਲੀਆ ਸਿੰਘ ਨੂੰ ਨਹੀਂ ਪਤਾ ਹੋਣਾ ਆਪਣੇ ਤੋਂ ਗਾਂ ਤਾਂ ਸੋਚਣਾ ਹੀ ਨਹੀਂ अनेਕਾਂ ਵਾਰੇ ਨੂੰ ਕਿਹਾ ਸਾਡੇ ਨਾਲ ਚੱਲਿਆ ਕਰ ਰੈਲੀਆਂ 'ਚ ਧਰਨੇਾਂ 'ਤੇ ਤੈਨੂੰ ਪਤਾ ਲੱਗੇ ਕਿੰਨੇ ਔਖੇ ਨੇ ਲੋਕ ਤੇ ਜੇ ਸਾਨੂੰ ਰੋਟੀ ਦਾ ਫਿਕਰ ਨਹੀਂ ਜੇ ਸਾਡੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਹੁੰਦੀਆਂ ਨੇ ਜੇ ਸਾਡੇ ਕੋਲ ਸ਼ਾਨਦਾਰ ਘਰ ਹੈ ਸਕੂਟਰ ਹੈ ਕਾਰ ਹੈ ਤਾਂ ਇਹਦਾ ਮਤਲਬ ਇਹ ਨਹੀਂ ਸਾਰਾ ਦੇਸ਼ ਹੀ ਸੁੱਖ ਦੀ ਨੀਂਦ ਸੌਂਦਾ ਹੈ ਦੇਸ਼ ਦਾ ਪੂਰਾ ਸਰਮਾਇਆ ਉਂਗਲਾਂ ਤੇ ਗਿਣੇ ਜਾਣ ਵਾਲੇ ਘਰਾਣਿਆਂ ਕੋਲ ਇਕੱਠਾ ਹੋ ਗਿਆ ਹੈ ਤੇ ਉਹ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੇ ਨੇ ਪਾਲਿਸੀਆਂ ਉਹਨਾਂ ਦੇ ਇਸ਼ਾਰੇ ਇਸ਼ਾਰੇ ਤੇ ਬਣਦੀਆਂ ਉਦੋਂ ਹੀ ਕ੍ਰਾਂਤੀਪਾਲ ਦੀ ਪਤਨੀ ਨੇ ਆ ਕੇ ਸੱਸੀ ਗੱਲ ਬੁਲਾਉਂਦੇ ਆ ਚਾਹ ਵਾਲੀ ਟਰੇ ਅੱਗੇ ਵਧਾਈ ਤਾਂ ਕ੍ਰਾਂਤੀਪਾਲ ਨੇ ਉੱਠ ਕੇ ਫੜ ਲਈ ਰਾਹਤ ਮਹਿਸੂਸ ਕਰਦੇ ਆ ਕ੍ਰਾਂਤੀਪਾਲ ਨੇ ਕਿਹਾ ਸੀ ਆਓ ਚਾਹ ਪੀਏ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਕ੍ਰਾਂਤੀਪਾਲ ਬਸ ਇੱਕ ਮਿੰਟ ਚਾਹ ਪੱਤੀ ਨਹੀਂ ਜਾਂਦੀ ਪੀ ਲੈਣੇ ਆ ਆ ਕੇ ਵੀਰ ਸਿੰਘ ਸ਼ੁਰੂ ਹੋ ਗਿਆ ਆ ਨੋਟਬੰਦੀ ਜੀਐਸਟੀ ਨਿਰਦੇਸ਼ ਅੰਦਰ ਛੋਟੇ ਵਪਾਰੀ ਤਬਾਹ ਕਰਦੇ ਕਰੋੜਾਂ ਨੌਕਰੀਆਂ ਖਤਮ ਕਰਦੇ ਆ ਨਵੇਂ ਮੁੰਡਿਆਂ ਨੂੰ ਨੌਕਰੀਆਂ ਕਿੱਥੋਂ ਮਿਲਣਗੀਆਂ ਫਿਰ ਵਿਲੇ ਕੀ ਕਰਨ ਵਿਲੇ ਤਾਂ ਜ਼ਮੀਨ ਪਈ ਹੋਵੇ ਉਸ 'ਚ ਘਾਹ ਫੁੱਸ ਝਾੜੀਆਂ ਉੱਗਾਂਦੀਆਂ ਇਹ ਮੁੰਡੇ ਤਾਂ ਫਿਰ ਜਿਉਂਦੇ ਜਾਗਦੇ ਸਾ ਲੈਂਦੇ ਨੇ ਤੇ ਅਸੀਂ ਇਹਨਾਂ ਨੂੰ ਦੇਸ਼ ਦਾ ਭਵੇਖ ਆਖਦੇ ਹਾਂ ਜਾਗਦੀ ਜ਼ਮੀਰ ਨੂੰ ਤਬਾਹ ਕਰਨ ਲਈ ਤੇ ਆਪਣੀਆਂ ਕੁਰਸੀਆਂ ਦੇ ਪਾਵਿਆਂ ਨੂੰ ਮਜ਼ਬੂਤ ਕਰਨ ਲਈ ਸਰਕਾਰਾਂ ਅਜਿਹੀ ਤਬਾਹੀ ਵਾਪਰਨ ਦੇ ਮੌਕੇ ਪੈਦਾ ਕਰਦੀਆਂ ਨੇ ਇਹਦੇ 'ਚ ਨਾ ਮੁੰਡਿਆਂ ਦੀ ਕੋਈ ਗਲਤੀ ਹੈ ਨਾ ਮਾਪਿਆਂ ਦਾ ਕਸੂਰ ਹੈ ਪਰ ਹੁਣ ਜੇ ਚਾਹ ਠੰਡੀ ਹੋ ਗਈ ਕਸੂਰ ਆਪਣਾ ਹੋਣਾ ਹੈ ਆਕ ਕੇ ਕ੍ਰਾਂਤੀਪਾਲ ਨੇ ਚਾਹ ਵਾਲੀ ਟਰੇ ਵੀਰ ਸਿੰਘ ਅੱਗੇ ਕਰ ਦਿੱਤੀ ਤੇ ਫਿਰ ਤਿੰਨੋਂ ਚਾਹ ਪੀਣ ਲੱਗੇ ਚਾਹ ਪੀਂਦਿਆਂ ਰੁਲਿਆ ਸਿੰਘ ਨੇ ਪੁੱਛਿਆ ਕ੍ਰਾਂਤੀਪਾਲ ਜੀ ਤੁਸੀਂ ਕੱਲ ਰਾਤ ਫੋਨ ਕੀਤਾ ਸੀ ਹਾਂ ਮੈਨੂੰ ਯਾਦ ਹੈ ਚਾਹ ਪੀਓ ਪਹਿਲਾਂ ਵੈਸੇ ਵੀਰ ਸਿੰਘ ਤੋਂ ਥੋੜਾ ਬਹੁਤਾ ਪਤਾ ਲੱਗ ਹੀ ਗਿਆ ਹੁਣ ਨਹੀਂ ਵੀਰ ਸਿੰਘ ਨੇ ਤਾਂ ਅਜੇ ਕੋਈ ਗੱਲ ਨਹੀਂ ਦੱਸੀ ਰੁਲਿਆ ਸਿੰਘ ਹੈਰਾਨ ਹੁੰਦਿਆਂ ਵੀਰ ਸਿੰਘ ਵੱਲ ਝਾਕਿਆ ਵੀਰ ਸਿੰਘ ਬੋਲਿਆ ਕ੍ਰਾਂਤੀਪਾਲ ਮੇਰਾ ਹੌਸਲਾ ਹੀ ਨਹੀਂ ਪਿਆ ਗੱਲ ਦੱਸਣ ਦਾ ਸੋਚਿਆ ਇੱਥੇ ਤੇਰੇ ਕੋਲ ਆਵਾਂਗੇ ਤਾਂ ਗੱਲ ਕੋਈ ਜਾਣੀਏ ਚਾਹ ਦਾ ਕੱਪ ਹੀਠਾਂ ਰੱਖਦੇ ਆਂ ਕ੍ਰਾਂਤੀਪਾਲ ਬੋਲਿਆ ਮਾਸਟਰ ਜੀ ਗੱਲ ਦਰਸ ਲਈ ਹੈ ਤੁਹਾਡੇ ਲੜਕੇ ਨੇ ਦੱਸਿਆ ਹੋਣਾ ਵੀ ਮੱਛੀ ਦੇ ਪਕੌੜੇ ਖਾਂਦੇ ਸੀ ਪਕੌੜੇ ਤਲਣ ਵਾਲੇ ਤੇਲ ਚ ਕਿਰਲੀ ਦੀ ਕੀ ਸੀ ਪਕੌੜਿਆਂ ਦੇ ਨਾਲ ਉਸੇ ਤੇਲ ਚ ਕਿਰਲੀ ਵੀ ਤਲੀ ਗਈ ਸੀ ਹਾਂ ਦੱਸਿਆ ਤਾਂ ਇਹੀ ਹੈ ਰੁਲੀਆ ਸਿੰਘ ਬੋਲਿਆ ਫਿਰ ਉਹਦੇ ਦੋਸਤਾਂ ਨੂੰ ਇਹ ਅਸਰ ਕਿਉਂ ਨਹੀਂ ਹੋਇਆ ਕ੍ਰਾਂਤੀਪਾਲ ਨੇ ਤਰਕ ਨਾਲ ਪੁੱਛਿਆ ਸਣੀ ਨੇ ਕਿਹਾ ਸੀ ਮੈਂ ਵੱਧ ਪਕੌੜੇ ਖਾ ਗਿਆ ਸੀ ਝੂਠ ਬੋਲਦਾ ਤੁਹਾਡਾ ਬੰਦਾ ਅਸਲ ਗੱਲ ਇਹ ਆ ਤੁਹਾਡੇ ਮੁੰਡੇ ਤੇ ਉਹਦੇ ਦੋਸਤਾਂ ਨੇ ਰਲ ਕੇ ਨਸ਼ਾ ਖਰੀਦਿਆ ਆ ਜਿਹਨੂੰ ਚੱਟਾ ਕਹਿੰਦੇ ਆ ਫਿਰ ਉਧਰ ਫਾਟਕਾਂ ਵਾਲ ਸੁੰਨੇ ਇਲਾਕੇ ਚ ਜਾ ਕੇ ਨਸ਼ਾ ਕੀਤਾ ਤੁਹਾਡਾ ਮੁੰਡਾ ਕੁਛ ਵਧੇਰੇ ਚੜਾ ਗਿਆ ਬੇਸੁਰਤ ਹੋ ਗਿਆ ਦੋਸਤ ਡਰ ਗਏ ਉਹਨੂੰ ਛੱਡ ਕੇ ਦੌੜ ਗਏ ਇਹ ਕਹਾਣੀ ਆ ਅਸਲ ਸੁਣ ਕੇ ਰੁਲੀਆ ਸਿੰਘ ਨੇ ਨੀਵੀਂ ਪਾ ਲਈ ਵੀਰ ਸਿੰਘ ਬੋਲਿਆ ਮਾਸਟਰ ਰੁਲੀਆ ਸਿੰਘ ਜੀ ਦੱਸ ਤਾਂ ਇਹ ਗੱਲ ਮੈਂ ਵੀ ਦਿੰਦਾ ਤੈਨੂੰ ਪਰ ਅੱਜ ਕੱਲ੍ਹ ਵੇਲਾ ਇਹੋ ਜਿਹਾ ਆ ਗਿਆ ਮਾਪੇ ਸਮੇਂ ਦੀ ਐਵੇਂ ਸਾਡੇ ਪੁੱਤ ਨੂੰ ਬਦਨਾਮ ਕਰਨ ਲਈ ਤੋਂ ਮਤ ਲਾਉਂਦੀ ਐ ਇਸੇ ਕਰਕੇ ਗਵੰਡੀ ਗਵੰਡੀ ਨੂੰ ਵੀ ਨਹੀਂ ਦੱਸਦਾ ਇਹੋ ਜੀ ਗੱਲਾਂ ਇੱਕ ਗੱਲ ਮੈਂ ਹੋਰ ਦੱਸਾਂ ਫਿਕਰ ਤਾਂ ਹੁੰਦਾ ਹੀ ਐ ਮਾਪੇ ਉਹਨੂੰ ਆਪਣੇ ਬੱਚਿਆਂ ਦਾ ਇਕੱਲਾ ਪੁੱਤ ਹੋਵੇ ਤਾਂ ਹੋਰ ਵੀ ਚਿੰਤਾਵਲੀ ਗੱਲ ਐ ਆਪਾਂ ਗੁੱਸੇ ਨਾਲ ਨਹੀਂ ਪਿਆਰ ਜਾਂ ਹਮਦਰਦੀ ਨਾਲ ਬੱਚਿਆਂ ਨੂੰ ਇਸ ਪਾਸਿਓਂ ਮੋੜ ਸਕਦੇ ਆ ਵੀਰ ਸਿਆ ਰੁਲੀਆ ਸਿੰਘ ਨੇ ਨਮੋਸ਼ੀ ਜੀ ਮਹਿਸੂਸ ਕਰਦੇ ਆਂ ਕਿਆ ਤੈਨੂੰ ਤਾਂ ਸਾਡੇ ਘਰਬਾਰ ਰੇ ਸਾਰਾ ਪਤਾ ਐ ਮੁੰਡੇ ਬਾਰੇ ਕੀ ਕੀ ਸੁਪਨੇ ਲਾਏ ਨੇ ਕਿੰਨੀ ਵਾਰ ਆਪਾਂ ਇਹ ਗੱਲਾਂ ਕੀਤੀਆਂ ਮੈਂ ਤਾਂ ਉਹਨੂੰ ਉੱਚੀ ਤੋਂ ਉੱਚੀ ਪੜ੍ਹਾਈ ਕਰਾਉਣਾ ਚਾਹੁੰਦਾ ਪਰ ਉਹ ਵਿਦੇਸ਼ ਜਾਣ ਦੀ ਰਾਟੀ ਨਹੀਂ ਛੱਡਦਾ ਤਾਂ ਹੀ ਨਾ ਉਹਦਾ ਧਿਆਨ ਪੜ੍ਹਾਈ ਵੱਲ ਹੈ ਨਾ ਆਪਣੇ ਭਵਿੱਖ ਵੱਲ ਰੁਲੀਆ ਸਿੰਘ ਦੇ ਦੁੱਖ ਨੂੰ ਦੋਵੇਂ ਸਮਝਦੇ ਸੀ ਕ੍ਰਾਂਤੀਪਾਲ ਬੋਲਿਆ ਮਾਸਟਰ ਜੀ ਆਪਾਂ ਬਹੁਤਾ ਨਹੀਂ ਮਿਲੇ ਪਰ ਇੱਕ ਗੱਲ ਮੈਂ ਦੱਸ ਦੇਣਾ ਕੈਨੇਡਾ ਜਾਂ ਹੋਰ ਮੁਲਕ ਹੁਣ ਪਹਿਲਾਂ ਵਾਲੇ ਨਹੀਂ ਰਹੇ ਉੱਥੇ ਪੜ੍ਹਾਈ ਕਰਨ ਦੇ ਬਹਾਨੇ ਗਏ ਮੁੰਡਿਆਂ ਦਾ ਹੜਾ ਆਇਆ ਹੋਇਆ ਹੈ ਜੌਬ ਮਿਲਦੇ ਨਹੀਂ ਦੋ ਦਿਨ ਕਲਾਸਾਂ ਲਾਉਣ ਤੋਂ ਬਾਅਦ ਵਿਹਲੇ ਜਦੋਂ ਸਿਰ ਤੇ ਕਿਸੇ ਦਾ ਡਰ ਨਾ ਹੋਵੇ ਮੁੰਡੇ ਮਨਮਰਜ਼ੀਆਂ ਕਰਦੇ ਨੇ ਸਿਰ ਤੇ ਨਾ ਕੁੰਡਾ ਹਾਥੀ ਫਿਰੇ ਲੁੰਡਾ ਬੜੀ ਗੱਲ ਹੈ ਬਾਕੀ ਦੂਜਾ ਪਾਸਾ ਵੀ ਹੈ ਸਾਰਾ ਕੁਝ ਖਤਮ ਵੀ ਨਹੀਂ ਹੋਇਆ ਮਾਰ ਖੰਡਿਆਂ ਦੇ ਝੁੰਡ 'ਚ ਸੌ ਪੰਛੀ ਵੀ ਹੁੰਦੇ ਨੇ ਸਮਝਦਾਰ ਤੇ ਸਿਆਣੇ ਮੁੰਡੇ ਵੀ ਜਾਂਦੇ ਨੇ ਬਾਹਰ ਜਿਹੜੇ ਆਪਣੇ ਕੈਰੀਅਰ ਲਈ ਫਿਕਰਮੰਦ ਹੁੰਦੇ ਨੇ ਜਿਹੜੇ ਪਿੱਛੇ ਆਪਣੇ ਮਾਂ-ਬਾਪ ਦਾ ਵੀ ਸੋਚਦੇ ਨੇ ਜਿਨ੍ਹਾਂ ਨੇ ਜ਼ਮੀਨਾਂ ਗਹਿਣੇ ਕਰਕੇ ਜਾਂ ਕਰਜ਼ਾ ਚੁੱਕ ਕੇ ਉਹਨਾਂ ਨੂੰ ਬਾਹਰ ਭੇਜਿਆ ਹੁੰਦਾ ਚਲੋ ਛੱਡੋ ਇਹਨਾਂ ਗੱਲਾਂ ਨੂੰ ਆਪਾਂ ਆਪਣੀ ਗੱਲ ਕਰੀਏ ਪਹਿਲਾਂ ਦੱਸੋ ਮੁੰਡਾ ਕਿਵੇਂ ਆ ਹੁਣ ਠੀਕ ਹੈ ਹੁਣ ਡਾਕਟਰ ਨੇ ਅੱਜ 10 ਵਜੇ ਤੱਕ ਛੁੱਟੀ ਦੇਣ ਲਈ ਕਿਹਾ ਇਥੋਂ ਸਿੱਧਾ ਮੈਂ ਹਸਪਤਾਲ ਹੀ ਜਾਣਾ ਹੈ ਹੁਣ ਜੇ ਚਾਹੋ ਤਾਂ ਮੈਂ ਚੱਲਾ ਨਾਲ ਕ੍ਰਾਂਤੀਪਾਲ ਨੇ ਹਮਦਰਦੀ ਨਾਲ ਕਿਹਾ ਥੈਂਕ ਯੂ ਕ੍ਰਾਂਤੀਪਾਲ ਕੱਲ ਵੀ ਤੁਸੀਂ ਬਹੁਤ ਮਦਦ ਕੀਤੀ ਹੁਣ ਤਾਂ ਛੁੱਟੀ ਲੈ ਕੇ ਘਰ ਹੀ ਜਾਣਾ ਠੀਕ ਹੈ ਬਿਲਕੁਲ ਰਾਤ ਮੈਂ ਹਸਪਤਾਲ ਹੀ ਸੀ ਮੁੰਡੇ ਕੋਲ ਚਲੋ ਇਹ ਤਾਂ ਚੰਗਾ ਹੋਇਆ ਹੁਣ ਖਿਆਲ ਰੱਖਿਓ ਗੁੱਸੇ ਨਾਲੋਂ ਪਿਆਰ ਵਧੇਰੇ ਕਾਰਗਰ ਹੁੰਦਾ ਹੈ ਫਿਰ ਉਹ ਵੀਰ ਸਿੰਘ ਵੱਲ ਘੁਮਿਆ ਮਾਸਟਰ ਜੀ ਪਤਾ ਹੋਣਾ ਪਰਸੋਂ ਆਪਣੀ ਜਥੇਬੰਦੀ ਦਾ ਡੈਲੀਗੇਟਿਡ ਇਜਲਾਸ ਹੈ ਜ਼ਿੰਮੇਵਾਰੀ ਵੀ ਆਪਣੇ ਮੋਢਿਆਂ ਤੇ ਹੀ ਹੈ ਵੀਰ ਸਿੰਘ ਬੋਲਿਆ ਇਜਲਾਸ ਹੋਣ ਦਾ ਪਤਾ ਹੈ ਜ਼ਿੰਮੇਵਾਰੀ ਪਾਉਣ ਦਾ ਨਹੀਂ ਪਤਾ ਲੱਗਾ ਨਾ ਕਿਸੇ ਦਾ ਫੋਨ ਆਇਆ ਮੈਂ ਵੇਖਾਂ ਬੈਠਾਂ ਮੈਸेंजर ਕ੍ਰਾਂਤੀਪਾਲ ਹੱਸਿਆ ਬੜਾ ਛੇਤੀ ਦੱਸਿਆ ਅਜੇ 2 ਦਿਨ ਪਈ ਆ ਥੋੜੇ ਹੁੰਦੇ ਆ 2 ਦਿਨ ਆਪਾਂ ਕਰਨਾ ਕੀ ਸਾਰੇ ਡੈਲੀਗੇਟਾਂ ਨੂੰ ਸੁਨੇਹੀ ਲੱਗੇ ਹੋਏ ਨੇ ਜਗ੍ਹਾ ਆਪਣੀ ਪੁਰਾਣੀ ਐ 11 ਵਜੇ ਡੈਲੀਗੇਟ ਆਉਣੇ ਸ਼ੁਰੂ ਹੋ ਜਾਣਗੇ ਆਪਾਂ ਥੋੜਾ ਪਹਿਲਾਂ ਚਲੇ ਚਲਾਂਗੇ ਇਸ ਵਾਰ ਰੁਲੀਆ ਸਿੰਘ ਨੂੰ ਇਜਲਾਸ ਕਰਨ ਵਾਲਾ ਮੇਲਾ ਜ਼ਰੂਰ ਦਿਖਾਈਏ ਵੀਰ ਸਿੰਘ ਬੜੇ ਚਿਰ ਤੋਂ ਉਹਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਸੀ ਖੁਸ਼ੀ ਦੀ ਗੱਲ ਡੇਲੀਗੇਟ ਗੈਸਟ ਵੀ ਲੈ ਸਕਦੇ ਆ ਇਹ ਆਪਣੇ ਸਾਂਝੇ ਗੈਸਟ ਹੋਣਗੇ ਪਰ ਮੈਨੂੰ ਲੱਗਦਾ ਇਹਨਾਂ ਦੀ ਰੁਚੀ ਨਹੀਂ ਇਹੋ ਜਿਹੀਆਂ ਮੂਮੈਂਟਮ ਚ ਰੁਲੀਆ ਸਿੰਘ ਤਾਜ਼ਾ ਤਾਜ਼ਾ ਉਹਦੇ ਐਸਾਨ ਹੇਟਸੀ ਬੋਲੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਾਂਤੀਪਾਲ ਵਿਚਾਰਧਾਰਕ ਤੌਰ ਤੇ ਤਾਂ ਮੈਂ ਸਦਾ ਸਾਰੀਆਂ ਜਮਹੂਰੀ ਜਥੇਬੰਦੀਆਂ ਦਾ ਸਮਰਥਕ ਹਾਂ ਪਰ ਅਮਲੀ ਤੌਰ ਤੇ ਕਦੇ ਭਾਗ ਨਹੀਂ ਲਿਆ ਇਹ ਸਵਾਰ ਮੈਂ ਜ਼ਰੂਰ ਚੱਲੂੰਗਾ ਵੀਰ ਸਿਆ ਆਪਾਂ ਫਿਰ ਚੱਲੀਏ ਮੈਂ ਹਸਪਤਾਲ ਵੀ ਜਾਣਾ ਸਿੰਘ ਕ੍ਰਾਂਤੀਪਾਲ ਆ ਗਿਆ ਦੇ ਹੁਣ ਕੱਲ ਆਪਾਂ ਮਿਲ ਕੇ ਪਰਸੋਂ ਦੀ ਰੂਪਰੇਖਾ ਬਣਾਵਾਂਗੇ ਤੇ ਰੁਲਿਆ ਸਿੰਘ ਨੂੰ ਐਤ ਕੀ ਮੈਂ ਲੈ ਕੇ ਆਉਂ ਨਾਲ ਤੇ ਉਹ ਦੋਵੇਂ ਫਤਿਹ ਬੁਲਾਉਣ ਵਾਲਿਆਂ ਵਾਂਗ ਹੱਥ ਖੜੇ ਕਰਕੇ ਕ੍ਰਾਂਤੀਪਾਲ ਦੇ ਘਰੋਂ ਬਾਹਰ ਆ ਗਏ ਅੰਗ 7 ਰੁਲਿਆ ਸਿੰਘ ਨੂੰ ਪੂਰਾ ਪੂਰਾ ਯਾਦ ਹੈ ਜਦੋਂ ਕ੍ਰਾਂਤੀਪਾਲ ਦੇ ਘਰੋਂ ਆ ਕੇ ਵੀਰ ਸਿੰਘ ਨੂੰ ਉਹਦੇ ਘਰ ਅੱਗੇ ਉਤਾਰਿਆ ਤਾਂ ਉਹਨੇ ਵੀਰ ਸਿੰਘ ਨੂੰ ਕਿਹਾ ਸੀ ਵੀਰ ਸਿੰਘ ਇਕੱਲਾ ਪੁੱਤ ਹੈ ਕੀ ਕਰਾਂ ਜੇ ਮਾੜੀ ਸੰਗਤ ਚ ਪੈ ਗਿਆ ਤਾਂ ਜ਼ਿੰਦਗੀ ਨਰਕ ਬਣ ਜੂ ਮੇਰਾ ਤਾਂ ਹੁਣ ਜੀ ਕਰਦਾ ਇਹਨੂੰ ਬਾਹਰ ਕੱਢ ਦੇ ਆ ਇਹਦੇ ਆਪਦੇ ਬੈਂਡ ਤਾਂ ਘਟ ਹੈ ਤੇਰੀ ਜਨ ਪਛਾਣ ਚ ਕੋਈ ਕੁੜੀ ਹੋਵੇ ਸਾਡੇ 6 7 ਬੈਣ ਵਾਲੀ ਲੋੜਵੰਦ ਹੋਵੇ ਉਹਦੀ ਪੜਾਈ ਦਾ ਖਰਚ ਮੈਂ ਕਰੂੰ ਸਾਰਾ ਮੁੰਡੇ ਨੂੰ ਬਾਹਰ ਕੱਢਣ ਦਾ ਹੋਰ ਕੋਈ ਰਾਹ ਤਾਂ ਦਿਸਦਾ ਨਹੀਂ ਵੀਰ ਸਿੰਘ ਖਾਸਾ ਤੇ ਰੁਲੀਆ ਸਿੰਘ ਦੇ ਚਿਹਰੇ ਉੱਤੋਂ ਇੱਕ ਬਾਪ ਦਾ ਫਿਕਰ ਪੜਦਾ ਰਿਹਾ ਬੋਲਣ ਲਈ ਸ਼ਬਦ ਪੜਦਾ ਰਿਹਾ ਵੀਰ ਸਿੰਘ ਫਿਰ ਆਪ ਹੀ ਬੋਲਿਆ ਦੋਸਤਾਂ ਨਾਲ ਵੱਡ ਕਰਨ ਲਈ ਕੋਈ ਹੋਰ ਰਾਹ ਤਾਂ ਮੈਨੂੰ ਦਿਸਦਾ ਨਹੀਂ। ਕ੍ਰਾਂਤੀਪਾਲ ਦੀਆਂ ਗੱਲਾਂ ਸੁਣ ਕੇ ਮੈਂ ਡਰਿਆ ਹੋਇਆ। ਮੁੰਡਾ ਨਾ ਹੱਥੋਂ ਚਲਿਆ ਜਾਵੇ। ਨਸ਼ਿਆਂ ਕਾਰਨ ਕਈ ਘਰ ਬਰਬਾਦ ਹੁੰਦੇ ਮੈਂ ਵੇਖੇ ਨੇ। ਪਹਿਲਾਂ ਮੈਂ ਬਾਹਰ ਭੇਜਣ ਦੇ ਸਖਤ ਵਿਰੁੱਧ ਸੀ। ਹੁਣ ਇਉਂ ਜੀ ਕਾਲਾ ਪਿਆ ਹੋਇਆ। ਕਿਹੜਾ ਵੇਲਾ ਹੋ ਗਏ ਇਹਨੂੰ ਜਹਾਜ਼ ਚੜਾਵਾ। ਵੀਰ ਸਿੰਘ ਨੇ ਕਿਹ ਚੰਗਾ ਯਾਦ ਕਰਾਇਆ। ਮੈਂ ਤੁਹਾਨੂੰ ਇੱਕ ਲੋੜਵੰਦ ਘਰ ਦੀ ਕੁੜੀ ਬਾਰੇ ਦੱਸਿਆ ਸੀ। ਸੱਤ ਬੈਂਡ ਲੈਨੇ ਉਹਨੇ। ਮੰਦਾ ਮੇਰੀ ਜਾਣ ਪਛਾਣ ਚਾਹੀਈ। ਬਚਪਨ ਵੇਲੇ ਦੇ ਅਸੀਂ ਮਿੱਤਰ ਵੀ ਆ ਉਹਦੀ ਕੁੜੀ ਵੀ ਤੇਰੀਆਂ ਨਜ਼ਰਾਂ ਚ ਕਢਾਉਣੀ ਸੀ ਕੋਈ ਮੁੰਡਾ ਹੋਇਆ ਉਹਦੀ ਫੀਸ ਭਰਨ ਵਾਲਾ ਦੱਸੀ ਮੈਨੂੰ ਉਹ ਤਾਂ ਦੇਖਾਂਗੇ ਆਪਾਂ ਤੂੰ ਸਾਡੇ ਸਣੀ ਬਾਰੇ ਵੀ ਖਿਆਲ ਰੱਖੀ ਉਹ ਤਾਂ ਮੇਰੇ ਧਿਆਨ ਚ ਹੈ ਰੁਲਿਆ ਸਿਆਂ ਤੂੰ ਫਿਕਰ ਨਾ ਕਰ ਕਦੋਂ ਚਲੀਏ ਫਿਰ ਆਪਾਂ ਕੁੜੀ ਦੇਖਣ ਆ ਦੋ ਦਿਨ ਵੇਲੇ ਆਪਣੇ ਕੋਲ ਫਿਰ ਉਧਰ ਡੈਲੀਗੇਟੇਜ ਲਾਸਟ ਰੁੱਝ ਜਾਣਾ ਮੈਂ ਹਸਪਤਾਲੋਂ ਸਣੀ ਨੂੰ ਲੈ ਆਵਾਂ ਦੁਪਹਿਰੋਂ ਬਾਅਦ ਪ੍ਰੋਗਰਾਮ ਬਣਾ ਕਿ ਸਵੇਰੇ ਜਾਂ ਫਿਰ ਸਵੇਰੇ ਵਗ ਚਲਾਂਗੇ ਚਲੋ ਮੈਂ ਆਪਣੇ ਮਿੱਤਰ ਨੂੰ ਫੋਨ ਕਰ ਲੈਣਾ ਜੇ ਘਰ ਹੋਇਆ ਤਾਂ ਅੱਜ ਸ਼ਾਮ ਨੂੰ ਚੱਲਦੇ ਆ ਕਿਹੜੇ ਪਿੰਡ ਜਾਣਾ ਪਊ ਤੁਰਨ ਲੱਗੇ ਰੁਲੀਆ ਸਿੰਘ ਨੇ ਪੁੱਛਿਆ ਆ ਸ਼ਹਿਰ ਦੇ ਨਾਲ ਲੱਗਦਾ ਪਿੰਡ ਹੈ ਪਿੰਡ ਕਾ ਦਾ ਹੁਣ ਸ਼ਹਿਰ ਹੀ ਬਣਿਆ ਪਿਆ ਹੈ ਸ਼ਹਿਰ ਹੌਲੀ ਹੌਲੀ ਨਾਲ ਲੱਗਦੇ ਪਿੰਡਾਂ ਨੂੰ ਆਪਣੇ ਅੰਦਰ ਹੀ ਹਜ਼ਮ ਕਰੀ ਜਾਂਦੇ ਆ ਪੰਚਾਇਤਾਂ ਦੀਆਂ ਥਾਂ ਨਗਰ ਕੌਂਸਲਾਂ ਬਣ ਜਾਂਦੀਆਂ ਮਹੱਲਿਆਂ ਦੀ ਥਾਂ ਵਾਰਡ ਬਣ ਜਾਂਦੇ ਆ ਆਪਣੇ ਕਮਰੇ 'ਚ ਬੰਜੇ ਉੱਤੇ ਅੱਧਕੇ ਲੇਟਿਆ ਸੋਚਾਂ 'ਚ ਘਿਰਿਆ ਰੁਲਿਆ ਸਿੰਘ ਜਿਵੇਂ ਆਪਣੇ ਆਪ ਉੱਪਰ ਹੀ ਹੱਸਿਆ ਉਦੋਂ ਕੀ ਪਤਾ ਸੀ ਜਿਸ ਕੁੜੀ ਨੂੰ ਦੇਖਣ ਚੱਲੇ ਆਇਏ ਸੀ ਨੇ ਨੂੰ ਬਣ ਕੇ ਇਸ ਘਰ ਆਉਣਾ ਤੇ ਫੇਰ ਇੱਕ ਇੱਕ ਕਰਕੇ ਉਹਨੂੰ ਸਾਰੀਆਂ ਘਟਨਾਵਾਂ ਯਾਦ ਆਈਆਂ ਸਨੀ ਨੂੰ ਹਸਪਤਾਲ 'ਚੋਂ ਲੈ ਆਂਦਾ ਸਾਰੇ ਸਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਦਲੀਪ ਕੌਰ ਨੇ ਸਨੀ ਦੇ ਬੈੱਡ ਦੀ ਚਾਦਰ ਸਰਾਣਿਆਂ ਦੇ ਖਿਲਾਫ ਬਦਲ ਦਿੱਤੇ ਸਨ ਫਿਨਾਈਲ ਪਾ ਕੇ ਕਮਰੇ 'ਚ ਪੋਚਾ ਲਵਾਇਆ ਸੁਗੰਧਤ ਧੂਬ ਵਾਲੀ ਹੋਈ ਸੀ ਮਾਂ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਚਿੰਬੜੀ ਜਿਵੇਂ ਯਮराज ਤੁਖੋ ਕੇ ਲਿਆਂਦਾ ਹੋਵੇ ਇਸ ਵਿਸ਼ੇਸ਼ ਆਉ ਭਗਤੋਂ ਸਨੀ ਦੇ ਚਿਹਰੇ ਉੱਪਰ ਲਈ ਅਦਭੁਤ ਹੈਰਾਨੀ ਵੇਖੀ ਜਾ ਸਕਦੀ ਸੀ ਪਰ ਰੁਲੀਆ ਸਿੰਘ ਜਦੋਂ ਵੀ ਸਨੀ ਵੱਲ ਵੇਖਦਾ ਕ੍ਰਾਂਤੀਪਾਲ ਦੀਆਂ ਗੱਲਾਂ ਉਹਦੇ ਜ਼ੈਨ ਚ ਹਥੌੜੇ ਵਾਂਗ ਵੱਜਦੀਆਂ ਮੁੰਡਿਆਂ ਨੇ ਨਸ਼ਾ ਕੀਤਾ ਸੀ ਸਨੀ ਕੁਝ ਬਦੇਰੇ ਚੜ ਗਿਆ ਹੋਣਾ ਆਪਣੇ ਕਮਰੇ ਚ ਜਾ ਕੇ ਮੱਥਾ ਫੜ ਕੇ ਬੈਠ ਗਿਆ ਸੀ ਦੁਪਹਿਰੀ ਰੋਟੀ ਖਾਣ ਨੂੰ ਵੀ ਰੂਹ ਨਹੀਂ ਮੰਨੀ ਸਨੀ ਦੇ ਫਿਕਰਾਂ ਚ ਉਹਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ। 3 ਵਜੇ ਵੀਰ ਸਿੰਘ ਦਾ ਫੋਨ ਆਇਆ ਰੁਲਿਆ ਸਿੰਘ। ਆਪਾਂ ਹੁਣ ਚੱਲਣਾ ਹੈ। ਤਿਆਰ ਹੋ ਜਾ ਮੈਂ ਆਇਆ। ਤੇ ਰੁਲਿਆ ਸਿੰਘ ਉੱਠਿਆ ਵਾਸ਼ਰੂਮ ਗਿਆ, ਮੂੰਹ ਹੱਥ ਧੋਤਾ, ਫੇਰ ਆ ਕੇ ਤਿਆਰ ਹੋਣ ਲੱਗ ਪਿਆ। ਨਗਰ ਨਿਗਮ ਦੀ ਹੱਦ ਲੰਘ ਕੇ ਉਹ ਇੱਕ ਬਸਤੀ ਨੂਆ ਪਿੰਡ 'ਚ ਵੜੇ ਤੇ 메ਨ ਸੜਕ ਉੱਪਰ ਘਰਾਂ ਦੇ ਆਖਰ 'ਚ ਇੱਕ ਛੋਟੇ ਜਿਹੇ ਘਰ ਅੱਗੇ ਜਾ ਕੇ ਵੀਰ ਸਿੰਘ ਨੇ ਗੱਡੀ ਰੋਕ ਦਿੱਤੀ। ਗੱਡੀ 'ਚ ਉਤਰ ਕੇ ਰੁਲਿਆ ਸਿੰਘ ਨੇ ਆਸੇ-ਪਾਸੇ ਤੱਕਿਆ। ਭਾਵਿਓ ਪਿੰਡ ਸੀ ਪਰ ਸੜਕ ਦੇ ਦੋਹੀਂ ਪਾਸੇ ਛੋਟੀਆਂ ਵੱਡੀਆਂ ਦੁਕਾਨਾਂ ਹੋਟਲ ਵੇਖ ਕੇ ਹੈਰਾਨ ਰਹਿ ਗਿਆ ਜਿਦਾਂ ਸ਼ਹਿਰ ਹੀ ਬਣਿਆ ਪਿਆ ਉਹ ਅਜੇ ਤਿੰਨ ਪਿੰਡ ਅੰਦਰੋਂ ਨਹੀਂ ਦੇਖਿਆ ਸਾਰੀਆਂ ਗਲੀਆਂ ਪੱਕੀਆਂ ਇੰਟਰਲੌਕ ਗਲੀਆਂ 'ਚ ਰਾਤ ਨੂੰ ਸ਼ਹਿਰ ਵਾਂਗ ਰੌਸ਼ਨੀ ਚਾਲਾ ਘਰ ਦੇ ਦਰਵਾਜ਼ੇ ਅੱਗੇ ਜਾ ਕੇ ਠੱਕ ਠੱਕ ਕਰਦਿਆਂ ਵੀਰ ਸਿੰਘ ਨੇ ਨਿੱਕਾ ਜਿਹਾ ਖੰਘੂਰਾ ਮਾਰਿਆ ਫੇਰ ਆਵਾਜ਼ ਦਿੱਤੀ ਜੈਪਾਲ ਜੈਪਾਲ ਜਿਹੜਾ ਡੀਕ ਵਿੱਚ ਹੀ ਬੈਠਾ ਸੀ ਛੱਟ ਬਾਹਰ ਆਇਆ ਵੇਖਦੇ ਆਂ ਹੀ ਬੋਲਿਆ ਆਓ ਮਾਸਟਰ ਜੀ ਆਓ ਜੀ ਆਇਆਂ ਨੂੰ ਬਾਹਰ ਕਾਨੂੰ ਖੜ ਕੇ ਵੀਰ ਸਿੰਘ ਨੇ ਜਾਣ ਪਛਾਣ ਕਰਾਉਂਦੇ ਆ ਕਿ ਆ ਜੈਪਾਲ ਸਿੰਘ ਮੇਰੇ ਦੋਸਤ ਨੇ ਮਾਸਟਰ ਰੁਲੀਆ ਸਿੰਘ ਤੇ ਮਾਸਟਰ ਜੀ ਇਹ ਨੇ ਜੈਪਾਲ ਅੰਦਰ ਤਾਂ ਲੰਘ ਆਓ ਜੈਪਾਲ ਦੇ ਕਹਿੰਦੇ ਦੋਵੇਂ ਜਣੇ ਉਹਦੇ ਨਾਲ ਅੰਦਰ ਚਲੇ ਗਏ ਪਰਾਂ ਕਮਰਿਆਂ ਵਾਲ ਫਿਰਦੀ ਲੜਕੀ ਨੂੰ ਜੈਪਾਲ ਨੇ ਆਵਾਜ਼ ਮ ਦਿੱਤੀ ਮਨਮੀਤ ਕੋ ਤੋ ਕੁਰਸੀਆਂ ਲਿਆ ਇੱਧਰ ਚੱਕ ਕੇ ਉੱਪਰ ਰੱਖ ਕੇ ਇੱਕ ਪਾਸੇ ਪਈਆਂ ਪਲਾਸਟਿਕ ਦੀਆਂ ਤਿੰਨ ਕੁਰਸੀਆਂ ਕੁੜੀ ਨੇ ਲਿਆ ਕੇ ਉਹਨਾਂ ਦੇ ਕੋਲ ਰੱਖ ਦੀਆਂ ਦੁਹਾ ਅੰਕਲਾ ਨੂੰ ਸੱਸੀ ਕਲ ਬੁਲਾਈ ਫਿਰ ਅੰਦਰ ਵੱਲ ਕਮਰੇ 'ਚ ਚਲੀ ਗਈ ਰੁਲਿਆ ਸਿੰਘ ਨੇ ਹੁਣ ਜੈਪਾਲ ਨੂੰ ਧਿਆਨ ਨਾਲ ਦੇਖਿਆ 40-45 ਸਾਲਾਂ ਦਾ ਸਿਰੋਂ ਮੋਨਾ ਕਰੜ ਬਰੜੀ ਦਾੜੀ ਕਤਰੀ ਹੋਈ ਰੰਗ ਗੋਰਾ ਤਾਂ ਨਹੀਂ ਪਰ ਇਹਨੂੰ ਪੱਕਾ ਜਾਂ ਕਾਲਾ ਵੀ ਨਹੀਂ ਕਿਹਾ ਜਾ ਸਕਦਾ ਮੀਂਹ ਵਿੱਚ ਭਿੱਜੀ ਕਰਨ ਕਰਗਾ ਸੀ ਕੱਦ ਤਾਂ 5.5 ਫੁੱਟ ਤੋਂ ਕੁਝ ਵਧੇਰੇ ਸੀ ਛੋਟੇ ਜਿਹੇ ਘਰ ਦੇ ਵਿਹੜੇ 'ਚ ਉਹਨੇ ਸਰਸਰੀ ਨਿਗਾਹ ਘੁਮਾਈ ਸੱਜੇ ਪਾਸੇ ਇੱਕ ਛੱਪਰ ਹੇਠ ਮੱਝ ਖੜੀ ਸੀ ਥੋੜੀ ਬੇਥਰ ਆ ਕੇ ਇੱਕ ਬੱਕਰੀ ਵੀ ਬਣੀ ਸੀ ਦੂਜੇ ਪਾਸੇ ਕਪੜੇ ਧੋਣ ਲਈ ਖੁਰਾ ਸੀ ਸਾਹਮਣੇ ਸਧਾਰਨ ਜੇ ਦੋ ਕਮਰੇ ਸੀ ਤੇ ਅੱਗੇ ਨਿੱਕੇ ਜੇ ਵਰਾਂਡੇ ਚ ਰਸੋਈ ਸੀ ਇੱਕ ਮਿੰਟ ਕਹਿ ਕੇ ਜੈਪਾਲ ਸਿੰਘ ਅੰਦਰ ਚਲਾ ਗਿਆ ਵੀਰ ਸਿੰਘ ਜੈਪਾਲ ਪਾਰੇ ਆਪਣੀ ਨੇੜਤਾ ਬਾਰੇ ਜਾਣਕਾਰੀ ਦੇਣ ਲੱਗਾ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਜੈਪਾਲ ਨਾਲ ਮੇਰੀ ਉਦੋਂ ਦੀ ਦੋਸਤੀ ਹੈ ਜਦੋਂ ਮੈਂ ਨਵੀਂ ਜਮਾਤ ਚ ਪੜਦਾ ਸੀ ਬੜਾ ਹੁਸ਼ਿਆਰ ਸੀ ਤੰਗੀਆਂ ਤੁਰਸ਼ੀਆਂ ਹੀ ਮਾਰ ਗਈਆਂ 10ਵੀਂ ਵੀ ਨਾ ਹੋਈ ਜੇ ਮਤਿਆਨ ਦੇ ਦਿੰਦਾ ਪੰਜਾਬ ਚੋਂ ਨਹੀਂ ਤਾਂ ਜ਼ਿਲ੍ਹੇ ਚੋਂ ਟੌਪ ਕਰਦਾ ਨਾ ਪਿਓ ਸਰਤੇ ਨਾ ਮਾ ਆਪਣੇ ਚਾਚੇ ਕੋਲ ਪਲਿਆ ਸੀ ਮਿਹਨਤੀ ਬਹੁਤ ਹੈ ਟਰੈਕਟਰ ਕਾਰ ਜੀਪ ਸਭ ਚਲਾ ਲੈਂਦਾ ਹੈ ਮਹੀਨੇ ਚ 10-15 ਦਿਨ ਡਰਾਈਵਰੀ ਮਿਲ ਜਾਂਦੀ ਹੈ ਮੈਂ ਆਪ ਜਦੋਂ ਕਦੇ ਕਿਸੇ ਲੰਮੀ ਟੂਰ ਤੇ ਜਾਣਾ ਹੋਵੇ ਜੈਪਾਲ ਨੂੰ ਹੀ ਲੈ ਕੇ ਜਾਣਾ ਵੇਲਾ ਹੋਵੇ ਤਾਂ ਦਿਹਾੜੀ ਕਰਨ ਤੋਂ ਵੀ ਝਿਜਕਦਾ ਨਹੀਂ ਆ ਘਰ ਆਪਣੀ ਮਿਹਨਤ ਨਾਲ ਬਣਾਇਆ ਕੰਮ ਨੂੰ ਕੰਮ ਸਮਝਦਾ ਹੈ ਕਹਿੰਦਾ ਹੁੰਦਾ ਹੈ ਕੰਮ ਕਦੇ ਵੱਡਾ ਛੋਟਾ ਨਹੀਂ ਹੁੰਦਾ ਆ ਕੁੜੀ ਜਿਹੜੀ ਕੁਰਸੀਆਂ ਰੱਖ ਕੇ ਗਈ ਹੈ ਇਹ ਵੱਡੀ ਹੈ ਏਸੇ ਕੁੜੀ ਨੇ ਲਏ ਨੇ 7 ਬੈਂਟ ਦੀਦੀ ਮੈਂ ਤੇteral ਗੱਲ ਕੀਤੀ ਸੀ ਇੱਕ ਮੁੰਡਾ ਉਹਨੇ ਸਵਾਰ 10ਵਾਂ ਦਾ ਇਮਤਿਹਾਨ ਦੇਣਾ ਜੈਪਾਲ ਦੀ ਘਰ ਵਾਲੀ ਐ ਬਸ ਐਡਕ ਟੱਬਰ ਐ ਇਸੀ ਕੁੜੀ ਵਾਸਤੇ ਉਦੋਂ ਹੀ ਜੈਪਾਲ ਅੰਦਰੋਂ ਨਿਕਲਿਆ ਪੁੱਛੇ ਮਾਸਟਰ ਜੀ ਦੱਸੋ ਚਾਹ ਪੀਣੀ ਐ ਕਿ ਠੰਡਾ ਪੀਣਾ ਐ ਜੈਪਾਲ ਨਾਸ਼ਤਾ ਕਰਕੇ ਤੁਰਿਆ ਜੈਪਾਲ ਨਾਸ਼ਤਾ ਕਰਕੇ ਤੁਰਿਆ ਕਿਸੇ ਚੀਜ਼ ਦੀ ਲੋੜ ਨਹੀਂ ਤੂੰ ਬੈਠ ਆਪਾਂ ਗੱਲਾਂ ਕਰਦੇ ਆ ਮਾਸਟਰ ਜੀ ਕਮਾਲ ਕਰਦੇ ਹੋ ਗੱਲਾਂ ਵੀ ਕਰਾਂਗੇ ਮੈਂ ਕੋਕ ਫੜ ਲਿਆ ਵਾਂ ਬਾਜ਼ਾਰ 'ਚ ਤਾਂ ਬੈਠੇ ਆਪਾਂ ਮੈਂ ਆਇਆ ਹੁਣੇ ਉਹਨੇ ਦੋਹਾਂ ਦੀ ਕੋਈ ਗੱਲ ਸੁਣੇ ਬਿਨਾਂ ਜੈਪਾਲ ਬਾਹਰ ਨਿਕਲ ਗਿਆ ਰੁਲੀਆ ਸਿੰਘ ਨੇ ਦੇਖਿਆ ਕੁੜੀ ਦੋਕ ਵਾਰ ਫੇਰ ਬਾਹਰ ਆਈ ਸੀ ਉਹਨੂੰ ਲੱਗਿਆ ਨੈਣ ਨਕਸ਼ ਭਾਵੇਂ ਬਹੁਤੇ ਤਿੱਖੇ ਨਹੀਂ ਪਰ ਉਹਨੂੰ ਫੱਬਦੇ ਐ ਕੁੜੀ ਦੀ ਮਾਂ ਨਹੀਂ ਦੇਸੀ ਉਹ ਕਮਰੇ ਅੰਦਰ ਹੀ ਰਹੀ ਅੰਦਰ ਵਾਲੇ ਇਸ਼ਾਰਾ ਕਰਦੇ ਆਂ ਵੀਰ ਸਿੰਘ ਨੇ ਕਿਹਾ ਰੁਲੀਆ ਸਿੰਘ ਜੀ ਜਾਤ ਪਾਤ ਦਾ ਰਿੱਕਾ ਬਣਿਆ ਹੋਇਆ ਨਹੀਂ ਤਾਂ ਇਹੀ ਘਰ ਦੇ ਜੱਟਾਂ ਦਾ ਹੁੰਦਾ ਤਾਂ ਮੁੰਡਿਆਂ ਵਾਲਿਆਂ ਨੇ ਬੋਲੀ ਲਾਉਣ ਤੱਕ ਜਾਣਾ ਸੀ ਜੈਪਾਲ ਕੋਕ ਦੀ ਬੋਤਲ ਤੇ ਡਿਸਪੋਜ਼ੇਬਲ ਗਲਾਸ ਲੈ ਕੇ ਆ ਗਿਆ ਵੀਰ ਸਿੰਘ ਵੇਖ ਕੇ ਐਸੇ ਹਟਿਆ ਨਾ ਫੇਰ ਤੋਂ ਜੈਪਾਲ ਵੀ ਹੱਸਿਆ ਤੇ ਟੱਕਣ ਨੂੰ ਮੁਰੋੜਾ ਦੇ ਕੇ ਕੋਕ ਦੀ ਬੋਤਲ ਖੋਲ ਲਈ ਫਿਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆਇਲਸ ਬਾਰੇ ਚਰਚਾ ਨੇ ਹੋਣ ਲੱਗੀ ਜੈਪਾਲ ਨੇ ਆਪਣੀ ਲੜਕੀ ਤੇ ਆਏ ਸੱਤ ਬੰਡਾਂ ਬਾਰੇ ਦੱਸਿਆ ਤੇ ਨਾਲ ਹੀ ਫਿਕਰ ਨਾਲ ਕਿਹਾ ਮਾਸਟਰ ਜੀ ਕਰੀਏ ਕੀ ਬਾਹਰਲੇ ਮੁਲਕ ਦੀ ਪੜ੍ਹਾਈ ਗਰੀਬਾਂ ਦੇ ਵਾਸਤੇ ਦੀ ਗੱਲ ਨਹੀਂ ਐ ਜੈਪਾਲ ਮੈਂ ਤੈਨੂੰ ਇੱਕ ਸਲਾਹ ਦਿੰਦਾ ਤੂੰ ਐਨਾ ਰਾਈ ਮੈਰਿਜ ਬਿਊਰੋ ਵਾਲਿਆਂ ਨੂੰ ਕੁੜੀ ਦੇ ਪਾਰਟਿਕੂਲਰ ਦੇ ਕੇ ਤਿੰਨ ਚਾਰ ਕਿਸਾਂ ਦਾ ਤਾਂ ਮੈਨੂੰ ਪਤਾ ਹੈ ਜਿਹੜੇ ਉਹਨਾਂ ਨੇ ਸਿਰੇ ਚੜਾਏ ਹੈ ਤੇ ਨਾਲੇ ਆਪਾਂ ਅਖਬਾਰ ਚ ਇਸਤਿਹਾਰ ਦੇਈਏ ਮੈਨੂੰ ਤਾਂ ਮਾਸਟਰ ਜੀ ਸਮਝ ਨਹੀਂ ਲੱਗਦੀ ਤਿੰਨ ਚਾਰ ਮਹੀਨੇ ਹੋ ਗਏ ਐਲੱਟਸ ਕੀਤੇ ਆ ਜੈਪਾਲ ਦੇ ਬੋਲਾਂ ਚ ਨਿਰਾਸ਼ਾ ਸੀ ਇਸ ਗੱਲ ਦਾ ਫਿਕਰ ਨਾ ਕਰ 2 ਸਾਲ ਤੱਕ ਸਰਟੀਫਿਕੇਟ ਵੈਲਿਡ ਹੁੰਦਾ ਹੈ ਅਜੇ ਬਥੇਰਾ ਟਾਈਮ ਹੈਗਾ ਆਪਣੇ ਕੋਲ ਵੀਰ ਸਿੰਘ ਨੇ ਜੈਪਾਲ ਦਾ ਹੌਸਲਾ ਵਧਾਉਣ ਲਈ ਕਿਹਾ ਤੇ ਫਿਰ ਵੀਰ ਸਿੰਘ ਨੂੰ ਸੰਬੋਧਨ ਕਰਦਾ ਬੋਲਿਆ ਇੱਕ ਗੱਲ ਹੈ ਮਾਸਟਰ ਜੀ ਸਾਰਾ ਪੰਜਾਬ ਖ਼ਬਰ 'ਤੇ ਜੰਨੂ ਰਸੇ ਪੈੜੇ ਤੜਾਈ ਫਿਰਦਾ ਹੈ। ਕੱਲ ਮੈਂ ਅਖ਼ਬਾਰ 'ਚ ਪੜ੍ਹ ਰਿਹਾ ਸੀ ਆ ਜਿਹੜੇ ਆਇਲਟਸ 'ਤੇ ਧਿਆਨ ਹੁੰਦੇ ਆ ਨਾ ਕੱਲੇ ਪੰਜਾਬ 'ਚੋਂ ਹਰ ਮਹੀਨੇ ਲਗਭਗ 40 ਕਰੋੜ ਜਮ੍ਹਾਂ ਹੁੰਦੇ ਆ। ਹੋਰ ਖਰਚੇ ਪਾ ਕੇ ਦੁਬਾਰਾ ਦੁਬਾਰਾ ਇਮਤਿਹਾਨ ਦਵਾ ਕੇ ਸਾਲ ਭਰ ਦਾ ਲਗਭਗ 1100 ਕਰੋੜ ਦਾ ਕਾਰੋਬਾਰ ਹੈ। ਪੜ੍ਹਾਈ ਦੀਆਂ ਫੀਸਾਂ ਪਾਸੇ, ਵੀਜ਼ੇ ਲੱਗਣ ਦਾ ਖਰਚਾ ਪਾਸੇ ਡਾਲਰਾਂ 'ਚ ਫੀਸਾਂ ਭਰਨੀਆਂ ਪੈਂਦੀਆਂ। ਜਿਵੇਂ ਹੀ ਦੌੜ ਲੱਗੀ ਰਹੀ ਆਉਣ ਵਾਲੇ 6-7 ਸਾਲਾਂ 'ਚ ਤੇ ਪੰਜਾਬ ਨੂੰ ਮੰਗਤਾ ਬਣਾ ਦੇਵਾਂਗੇ। ਜੈਪਾਲ ਬੋਲਿਆ ਮਾਸਟਰ ਜੀ ਅਸੀਂ ਗਰੀਬਾਂ ਨੇ ਤਾਂ ਤਰ ਲਈ ਲੈਣੀ ਸੀ। ਕੀ ਪਤਾ ਕਦੇ ਦਿਨ ਫੇਰ ਆਉਣਗੇ। ਪਰ ਇੱਥੇ ਤਾਂ 40-40 50-50 ਕੀ ਲਿਆਲੇ ਸਰਦਾਰ ਦੇ ਮੁੰਡ ਸਰਦਾਰਾਂ ਦੇ ਮੁੰਡੇ ਵੀ ਬਾਹਰ ਭਜੀ ਜਾਂਦੇ ਆ। ਜਿਹੜੇ ਪੜ੍ਹਾਈ ਦੇ ਸਿਰਤੇ ਨਹੀਂ ਜਾ ਸਕਦੇ ਉਹ ਕੋਈ ਹੋਰ ਜੁਗਾਰ ਲਾ ਲੈਂਦੇ ਆ। ਪੈਸੇ ਵਾਲਿਆਂ ਕੋਲ ਵੀ ਚੋਰ ਮੋਰੀਆਂ ਹੁੰਦੀਆਂ। ਨਸ਼ੇੜੀ ਨਲਾਇਕ ਸਭ ਜਹਾਜ਼ ਚੜੀ ਜਾਂਦੇ ਆ ਜੈਪਾਲ ਹੱਸਿਆ। ਰੁਲੀਆ ਸਿੰਘ ਸੁਣ ਕੇ ਅਚਬੀ ਜੀ ਕਰਨ ਲੱਗਾ। ਆਪਣੇ ਮੁੰਡੇ ਸਨੀ ਦੀਆਂ ਕਰਤੂਤਾਂ ਉਹਦੇ ਜ਼ੈਨ ਚ ਘਰੂ ਪਾਉਣ ਲੱਗੀਆਂ। ਵੀਰ ਸਿੰਘ ਤਾੜ ਗਿਆ ਉਹਨੇ ਹੱਸਦਿਆਂ ਕਿਹਾ ਜੈਪਲ ਤੂੰ ਜੁਗਾੜ ਦੀ ਗੱਲ ਕੀਤੀ ਐ। ਸਾਡੇ ਕੋਲ ਜਾਂ ਕਹਿ ਦੀਏ ਪੰਜਾਬੀ ਤਾਂ ਇੰਨੇ ਜਗਾੜੂ ਨੇ ਦੇ ਕੈਨੇਡਾ ਚ ਕਾਨੂੰਨ ਬਣ ਗਿਆ। ਪੀਆਰ ਵਾਲਾ ਆਪਣੀ ਪਤਨੀ ਨੂੰ ਬੁਲਾ ਸਕਦਾ ਐ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਬਾਹਰ ਕੱਢਣ ਲਈ ਪੇਪਰ ਮੈਰਿਜ ਦਾ ਸਿਲਸਲਾ ਚੱਲ ਪਿਆ। ਮਾਮਾ ਭਾਂਜੀ ਨੂੰ ਵਿਆਹ ਕੇ ਲੈ ਗਿਆ ਚਾਚਾ ਭਤੀਜੀ ਨੂੰ ਲੈ ਗਿਆ ਇੱਥੋਂ ਤੱਕ ਇੱਕ ਕੁੜੀ ਬਾਹਰ ਭੇਜਣ ਲਈ ਸਕੇ ਭਰਾ ਨਾਲ ਸਕੇ ਭੈਣ ਦਾ ਵਿਆਹ ਕਰਤਾ। ਇਹ ਤੋਂ ਵੱਧ ਹੋਰ ਨਿਗਾਰ ਕੀ ਆਜੋ। ਇੱਕ ਵੇਲਾ ਸੀ ਪਿੰਡ ਦੀ ਧੀ ਭੈਣ ਸਾਰਿਆਂ ਦੀ ਧੀ ਭੈਣ ਹੁੰਦੀ ਸੀ। ਉਦੋਂ ਵੀਰ ਸਿੰਘ ਦੇ ਫੋਨ ਦੀ ਘੰਟੀ ਵੱਜੀ। ਨੰਬਰ ਵੇਖ ਕੇ ਬੋਲੇ ਹਾਂ ਗ੍ਰਾਮਦੀਪਾਲ ਹੈਂ? ਯਾਦ ਹੈ? ਯਾਦ ਕਿਉਂ ਨਹੀਂ? ਕਿੰਨੀ ਵਾਰੀ ਦੱਸਾਂਗਾ ਮੈਨੂੰ? ਆਪਾਂ ਦਾ 11 ਵਜੇ ਤੋਂ ਪਹਿਲਾਂ ਜਾਣਾ। ਕਿ ਰੁਲੀਆ ਸਿੰਘ ਮਾਸਟਰ ਨੂੰ ਹਾਂ ਹਾਂ ਪੱਕਾ ਲੈ ਕੇ ਆਉਂਗਾ ਮੇਰੇ ਨਾਲ ਹੀ ਨੇ। ਉਧਰ ਗੱਲ ਸੁਣ ਕੇ ਹੱਸਦਾ। ਲੈ। ਆਦਤ ਪਾਉ ਕਿਵੇਂ ਨਹੀਂ? ਪਾ ਕੇ ਛੱਡਾਂਗੇ। ਇਹਨੇ ਕਿਹਾ ਕਰਨਾ ਐਨੇ ਵਰੇ ਆਜਾਈਂ ਗਵਾਏ। वीर सिंह फिर हसया फिर मोबाइल बंद करके रुलिया सिंह ਨੂੰ ਆਖਿਆ ਤੇਰੇ ਮਾਰੇ ਆਖਦਾ ਸੀ ਜ਼ਰੂਰ ਨਾਲ ਲੈ ਕੇ ਆਉਣਾ ਮੈਂ ਚੱਲੂੰਗਾ ਇਸ ਵਾਰ ਤੁਹਾਡੇ ਨਾਲ रुलिया सिंह ਨੇ ਦ੍ਰਿੜਤਾ ਨਾਲ ਕਿਹਾ ਚਲੋ ਠੀਕ ਹੈ ਜੈਪਾਲ ਅਸੀਂ ਜਾਵਾਂਗੇ ਹੁਣ ਤੂੰ ਬਹੁਤਾ ਫਿਕਰ ਨਾ ਕਰ ਤੇਰੀ ਕੁੜੀ ਗੁਣਾ ਵਾਲੀ ਹੈ ਸੁਸ਼ੀਲ ਹੈ ਲਾਇਕ ਹੈ ਜ਼ਰੂਰ ਕੋਈ ਪ੍ਰਬੰਧ ਹੋ ਜਾਊਗਾ वीर सिंह ਨੇ ਫਿਰ ਉਹਨੂੰ ਹੌਸਲਾ ਦਿੱਤਾ ਤੇ ਉੱਠ ਖੜੇ ਬਾਹਰਲੇ ਬੂਏ ਤੱਕ ਆਉਂਦੇ ਆ ਜੈਪਾਲ ਨੇ ਕਿਹਾ ਮੈਂ ਆਪ ਚੱਲਿਆ ਹੁਣ ਇੱਕ ਕਾਰਤੀ ਦਾ ਫੋਨ ਆਇਆ ਸੀ ਉਹਨੂੰ ਮਲੋਟ ਲੈ ਕੇ ਜਾਣਾ ਰਸਤੇ 'ਚ ਵਾਪਸ ਆਉਂਦੇ ਆ ਰੁਲੀਆ ਸਿੰਘ ਨੇ ਕਿਹਾ ਵੀਰ ਸਿਆ ਮੈਨੂੰ ਤੇਰਾ ਐਨ ਆਰ ਆਈ ਮੈਰਿਜ ਬਿਊਰੋ ਵਾਲਾ ਸੁਝਾਅ ਬਹੁਤ ਚੰਗਾ ਹੈ ਆਪਾਂ ਸਨੀ ਦਾ ਨਾਮ ਨਾ ਉੱਥੇ ਰਜਿਸਟਰ ਕਰਾ ਦਈਏ ਕੋਈ ਮਾੜੀ ਗੱਲ ਨਹੀਂ ਆਪਾਂ ਨੂੰ ਸਾਰੇ ਫਰੰਟ ਖੋਲਣੇ ਪੈਣਗੇ ਤਾਂ ਹੀ ਕਿਤੇ ਨਾ ਕਿਤੇ ਕੁੰਡੀ ਫਿੱਟ ਆਊ ਮੈਂ ਚਾਹਨਾ ਆਪਾਂ ਤਿਵਾੜੀ ਨੂੰ ਵੀ ਮਿਲੀਏ ਕੌਣ ਤਿਵਾੜੀ ਰੁਲੀਆ ਸਿੰਘ ਨੇ ਇਹ ਨਾਮ ਪਹਿਲੀ ਵਾਰ ਸੁਣਿਆ ਸੀ ਉਹ ਰਾਮ ਸਰੂਪ ਤਿਵਾੜੀ ਉਹ ਤਾਂ ਤੁਰਦਾ ਫਿਰਦਾ ਮੈਰਿਜ ਬਿਊਰੋ ਹੈ ਇੱਕੇ ਨੁਕਸਾ ਉਹਦੇ 'ਚ ਥੋੜਾ ਲਾਲਚੀ ਹੈ ਉੰਜ ਮੈਰਿਜ ਬਿਊਰੋ ਵਾਲਿਆਂ ਨਾਲੋਂ ਵਧੇਰੇ ਜਾਣਕਾਰੀ ਹੁੰਦੀ ਏ ਉਹਦੇ ਕੋਲ ਲਾਲਚੀ ਤਾਂ ਸਾਰੇ ਹੀ ਹੁੰਦੇ ਆ ਵੀਰ ਸਿਆਮ ਜਿਵੇਂ ਕ੍ਰਾਂਤੀਪਾਲ ਨੇ ਦੱਸਿਆ ਆਪਣੇ ਮੁੰਡੇ ਬਾਰੇ ਇਹਨੂੰ ਛੇਤੀ ਭੈੜੀ ਸੰਗਤ ਚੋਂ ਕੱਢਣਾ ਪਊ ਇਹ ਨਸ਼ਾ ਜਿਹਨੂੰ ਚੱਟਾ ਕਹਿੰਦੇ ਨੇ ਇੰਨਾ ਭੈੜਾ ਨਸ਼ਾ ਏ ਇੱਕ ਨਸ਼ਾ ਛਡਾਊ ਕੇਂਦਰ ਵਾਲਾ ਦੱਸਦਾ ਸੀ ਇਹ ਨਸ਼ਾ ਇੱਕ ਵਾਰੀ ਗਲੇ ਹੀਠੋਂ ਲੰਘ ਜੇ ਫਿਰ ਗਲ ਵੱਢ ਕੇ ਭਾਵੇਂ ਖਿਹੜਾ ਛੁੱਟ ਜੇ ਉਹ ਨਹੀਂ ਛੁੱਟਦਾ ਤੇ ਰੁਲੀਆ ਸਿੰਘ ਹੋਰ ਡਰ ਗਿਆ ਬੋਲਿਆ ਜੇ ਆਪਾਂ ਐਨਆਰਆਈ ਮੈਰਿਜ ਬਿਊਟੀ ਵਾਲਿਆਂ ਨੂੰ ਅੱਜ ਹੀ ਮਿਲ ਲਈਏ ਵੀਰ ਸਿੰਘ ਨੇ ਕਾਰ ਉਧਰ ਮੋੜ ਲਈ ਧੰਨਵਾਦ ਚਲਦਾ